ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਅੱਜ ਫਰਾਂਸ ਦੇ ਬਿਲਕੁਲ ਨਜ਼ਦੀਕ ਇੱਕ ਸਿਟੀ ਹੈ ਫੋਂਟਨਬਲੋਏ ਕਰਕੇ, ਤੇ ਇਹ ਪੈਰਿਸ ਤੋਂ ਲਗਭਗ 60 ਕਿਲੋਮੀਟਰ ਦੀ ਦੂਰੀ ਤੇ ਹੈ ਔਰ ਇਹਦੇ ਬਿਲਕੁਲ ਨਜ਼ਦੀਕ ਇੱਕ ਬਹੁਤ ਹੀ ਸ਼ਾਨਦਾਰ ਕਿਲਾ ਬਣਿਆ ਹੋਇਆ ਹੈ ਤੇ ਇਹ ਪੈਰਿਸ ਤੋਂ ਲਗਭਗ 60 ਕਿਲੋਮੀਟਰ ਦੀ ਦੂਰੀ ਤੇ ਹੈ। ਅੱਜ ਤੁਹਾਨੂੰ ਅਸੀਂ ਦਿਖਾਵਾਂਗੇ ਇੱਕ ਐਸਾ ਹੋਟਲ ਜੋ ਕਿ ਤੁਸੀਂ ਅੱਜ ਤੱਕ ਜ਼ਿੰਦਗੀ ਦੇ ਵਿੱਚ ਨਾ ਹੀ ਦੇਖਿਆ ਹੋਵੇਗਾ ਤੇ ਨਾ ਹੀ ਕਦੇ ਕਿਸੇ ਕੋਲੋਂ ਸੁਣਿਆ ਹੋਵੇਗਾ ਕਿ ਜਿੱਦਾਂ ਕਿ ਪੁਰਾਣੇ ਸਮੇਂ ਦੇ ਵਿੱਚ ਆਦੀਵਾਸੀ ਜੰਗਲਾਂ ਦੇ ਵਿੱਚ ਰਿਹਾ ਕਰਦੇ ਸੀ ਔਰ ਸ਼ਾਇਦ ਹੋ ਸਕਦਾ ਉਹ ਦਰਖਤਾਂ ਦੇ ਉੱਪਰ ਜੋ ਵੀ ਆਪਣਾ ਛੋਟਾ ਮੋਟਾ ਘਰ ਬਣਾ ਕੇ ਰਹਿੰਦੇ ਹੋਣਗੇ, ਜਿੰਨਾ ਝੁੱਗੀ ਟਾਈਪ ਹੋ ਗਿਆ ਜਾਂ ਹੋਰ ਆਪਾਂ ਕੁਛ ਕਹਿ ਸਕਦੇ ਹਾਂ ਉਹਨੂੰ, ਤਾਂ ਆਪਾਂ ਉਹਦੇ ਵਿੱਚ ਅੱਜ ਦੀ ਨਾਈਟ ਸਟੇ ਕਰਾਂਗੇ। ਤਾਂ ਪਹਿਲਾਂ ਉਸ ਤੋਂ ਆਪਾਂ ਘੁੰਮਦੇ ਹਾਂ ਇਸ ਕਿਲੇ ਦੇ ਵਿੱਚ ਜੋ ਕਿ ਫੋਂਟਨਬਲੋਏ ਦੇ ਵਿੱਚ ਹੈ, ਫਰਾਂਸ ਦੀ ਇੱਕ ਸਿਟੀ, ਔਰ ਉਸ ਤੋਂ ਬਾਅਦ ਨਿਕਲਾਂਗੇ ਆਪਾਂ ਇਸ ਹੋਟਲ ਵੱਲ ਨੂੰ। ਲਓ ਜੀ, ਫਾਈਨਲੀ ਪਹੁੰਚ ਗਏ ਆਪਾਂ ਇਸ ਕਿਲੇ ਦੀ ਐਂਟਰੀ ਤੇ ਤੇ ਭਾਜੀ ਕਰ ਰਹੇ ਨੇ ਵੇਟ ਇੱਥੇ। ਵਾਕਈ ਬਹੁਤ ਸੋਹਣਾ ਕਿਲਾ ਬਣਿਆ ਹੋਇਆ ਪਰ ਮਸ਼ੀਨਾਂ ਵਾਲਿਆਂ ਨੇ ਥੋੜਾ ਜਿਹਾ ਰੌਲਾ ਪਾਇਆ ਕਿਉਂਕਿ ਤੇ ਸਫਾਈ ਚੱਲ ਰਹੀ, ਘਾਹ ਕੱਟਦੇ ਪਏ ਨੇ ਕਿਉਂਕਿ ਮੌਸਮ ਬਹੁਤ ਸ਼ਾਨਦਾਰ ਲੱਗਾ ਹੋਇਆ ਅੱਜ। ਆ ਦੇਖੋ, ਇਹ ਬਿਲਕੁਲ ਸਾਹਮਣੇ ਇਹਦਾ ਫਰੰਟ ਹੈ। ਆ ਦੇਖੋ ਜੀ, ਕਿਆ ਬਾਤ ਹੈ। ਇਹਦਾ ਬਣਿਆ ਮੈਪ ਜਿੱਦਾਂ ਕਿ ਕਿਲੇ ਦੇ ਵਿੱਚ ਆਪਾਂ ਬਿਲਕੁਲ ਇੱਥੇ ਖੜ੍ਹੇ ਹਾਂ ਇਸ ਟਾਈਮ ਨੰਬਰ 1 'ਤੇ, ਔਰ ਬਿਲਕੁਲ ਉਹ ਸਾਹਮਣੇ ਜੋ ਫਰੰਟ ਹੈ ਇਹਦਾ, ਔਰ ਕਾਫੀ ਬੈਕ ਸਾਈਡ 'ਤੇ ਵੀ ਬਣਿਆ ਹੋਇਆ, ਤਾਂ ਇਹਦੀ ਬੈਕ ਸਾਈਡ 'ਤੇ ਵੀ ਆਪਾਂ ਜਾਣ ਦੀ ਕੋਸ਼ਿਸ਼ ਕਰਾਂਗੇ ਜੇ ਖੁੱਲ੍ਹਿਆ ਹੋਇਆ ਤਾਂ, ਕਿਉਂਕਿ ਐਸਾ ਦੇਖਣ 'ਚ ਲੱਗ ਰਿਹਾ ਸੀ ਕਿ ਬੰਦ ਹੈ। ਬਾਕੀ ਇਹਨਾਂ ਨੇ ਇਹ ਸਾਰਾ 1, 2, 3, 4 ਕਰਕੇ ਜੋ ਵੀ ਇਹਨਾਂ ਦੀ ਗੇਟ ਦੀਆਂ ਐਂਟਰੀਆਂ ਬਾਰੇ ਦੱਸਿਆ। ਅੱਜ ਇੱਥੇ ਸਫਾਈ ਚੱਲ ਰਹੀ ਹੈ ਇਸ ਕਰਕੇ ਇਹਨਾਂ ਨੇ ਪੱਟੀ ਲਗਾਈ ਹੋਈ ਕਿ ਤਾਂ ਕਿ ਕੋਈ ਲੋਕ ਅੰਦਰ ਨਾ ਆਉਣ ਜ਼ਿਆਦਾ ਇਹਦੇ, ਕਿਉਂਕਿ ਉਹਨਾਂ ਨੇ ਅੰਦਰ ਮਸ਼ੀਨਾਂ ਚਲਾਉਣੀਆਂ ਹੁੰਦੀਆਂ। ਬਿਲਕੁਲ ਆ ਦੇਖੋ, ਘਾਹ ਕਿੰਨੀ ਸਫਾਈ ਨਾਲ ਔਰ ਕਿੰਨੇ ਵਧੀਆ ਤਰੀਕੇ ਨਾਲ ਕੱਟਿਆ ਹੋਇਆ ਇਹਨਾਂ ਨੇ, ਤਾਂ ਇਸ ਕਰਕੇ ਇਹਨਾਂ ਨੇ ਸ਼ਾਇਦ ਅਜੇ ਤੱਕ ਬੰਦ ਵੀ ਕੀਤਾ ਹੋਵੇਗਾ ਇਹਨੂੰ, ਪਰ ਕੋਈ ਨਹੀਂ, ਚਲੋ ਕੋਸ਼ਿਸ਼ ਕਰਦੇ ਹਾਂ ਇਹਦੇ ਅੰਦਰ ਜਾਣ। ਲਓ ਜੀ, ਆ ਗਈ ਆ ਐਕਸਪ੍ਰੈਸ। ਇਹਦੇ ਵਿੱਚ ਲੋਕ ਬੈਠ ਕੇ ਪੂਰੇ ਜੋ ਕਿਲਾ ਬਣਿਆ ਹੋਇਆ ਕਾਫੀ ਵੱਡਾ ਹੈ, ਇਸ ਕਰਕੇ ਲੋਕ ਇਹਦੇ ਵਿੱਚ ਬੈਠ ਕੇ ਪੂਰਾ ਟੂਰ ਕਰਦੇ ਹੋਣਗੇ। ਤਾਂ ਇਹਦੀ ਅਸੀਂ ਦੇਖਿਆ ਸੀ ਬਾਹਰਲੇ ਪਾਸੇ ਇਹਨਾਂ ਦੀ ਟਿਕਟਾਂ ਵੀ ਮਿਲ ਰਹੀਆਂ ਸੀ, ਤਾਂ ਅਸੀਂ ਇੱਥੇ ਜ਼ਿਆਦਾ ਦੇਰ ਰੁਕਣਾ ਨਹੀਂ ਸੀ ਇਸ ਕਰਕੇ ਇਹਦੀ ਟਿਕਟ ਨਹੀਂ ਲਿੱਤੀ। ਆ ਦੇਖੋ ਜੀ, ਗਰਮੀਆਂ ਵਾਸਤੇ ਇਹਨਾਂ ਨੇ ਇੱਕ ਪੂਲ ਵੀ ਬਣਾਇਆ ਹੋਇਆ ਇੱਥੇ। ਜਿੱਥੇ ਅਸੀਂ ਰਾਤ ਰੁਕੇ ਸੀ ਉਹ ਜਗ੍ਹਾ ਦਿਖਾਉਂਦੇ ਹਾਂ ਤੁਹਾਨੂੰ, ਇੱਦਾਂ ਕਰਕੇ ਪਲੈਨ ਬਣਿਆ। ਇਹ ਘਰ ਬਣੇ ਹੋਏ ਨੇ ਉੱਤੇ, ਦਰਖਤਾਂ ਦੇ ਉੱਪਰ ਬਣੇ ਹੋਏ ਨੇ, ਅਤੇ ਇਹਨਾਂ ਦੇ ਵਿੱਚੋਂ ਹੀ ਇੱਕ ਅਸੀਂ ਚੂਜ਼ ਕੀਤਾ ਸੀ, ਅਤੇ ਉਹ ਮੈਂ ਤੁਹਾਨੂੰ ਦਿਖਾਉਂਦਾ ਥੋੜ੍ਹਾ ਜਿਹਾ।
ਬਾਕੀ ਜੇ ਬਾਰਿਸ਼ ਨਾ ਹੁੰਦੀ ਤਾਂ ਬਹੁਤ ਵਧੀਆ ਰਹਿਣਾ ਸੀ। ਬਾਰਿਸ਼ ਹੋਣ ਕਰਕੇ ਸਾਨੂੰ ਥੋੜ੍ਹੀ ਪ੍ਰੋਬਲਮ ਆਈ। ਇੱਕ ਅਸੀਂ ਇਹ ਲਿੱਤਾ ਹੋਇਆ ਸੀ ਸਾਹਮਣੇ, ਇਹ ਦੇਖੋ ਜੀ ਕਿਸ ਟਾਈਪ ਦਾ ਬਣਾਇਆ। ਇਹਦੇ ਅੰਦਰ ਸਿਰਫ ਸਾਡੇ ਦੋ ਮੈਂਬਰ ਨੇ ਨਾਈਟ ਸਟੇਅ ਕੀਤਾ, ਪਰ ਜਿਹੜੀਆਂ ਪੌੜੀਆਂ ਸੀ ਇਹ ਗਿੱਲੀ ਹੋਣ ਦੀ ਵਜ੍ਹਾ ਨਾਲ ਥੋੜ੍ਹੀ ਸਲਿੱਪ ਕਰ ਰਹੀਆਂ ਸੀ। ਅਤੇ ਕੋਈ ਵੀ ਇੱਦਾਂ ਦੇ ਮੌਸਮ ਦੇ ਵਿੱਚ ਆਵੇ ਤਾਂ ਥੋੜ੍ਹਾ ਜਿਹਾ ਧਿਆਨ ਨਾਲ। ਇੱਕ ਆਹ ਬਣਿਆ ਹੋਇਆ ਉੱਪਰ ਦੇਖੋ, ਇੱਕ ਨਵੀਂ ਚੀਜ਼ ਆ ਸਾਡੇ ਵਾਸਤੇ, ਤਾਂ ਅਸੀਂ ਤਾਂ ਕਦੇ ਪਹਿਲਾਂ ਇੱਦਾਂ ਦੇਖਿਆ ਨਹੀਂ ਸੀ, ਪਰ ਇੱਕ ਬਹੁਤ ਹੀ ਸੋਹਣੀ ਨਵੀਂ ਚੀਜ਼। ਅਸੀਂ ਕੱਲ੍ਹ ਰਾਤੀ ਥੋੜ੍ਹਾ ਲੇਟ ਹੋ ਗਏ ਸੀ, ਪੈਰਿਸ ਤੋਂ ਥੋੜ੍ਹਾ ਲੇਟ ਚੱਲੇ ਸੀ, ਇਸ ਕਰਕੇ ਦੇਖ ਨਹੀਂ ਸਕੇ ਚੰਗੀ ਤਰ੍ਹਾਂ। ਪਰ ਬਾਕੀ ਠੀਕ ਸੀਗਾ। ਇੱਥੇ ਥੋੜ੍ਹਾ ਬਾਹਰ ਜਾ ਕੇ ਖਾਣਾ ਲੈ ਆਏ ਸੀ, ਇੱਥੋਂ ਦੀ ਕੋਈ 10 ਕਿਲੋਮੀਟਰ ਜਾਣਾ ਪਿਆ ਸਾਨੂੰ ਬਾਹਰ, ਅਤੇ ਪੀਜ਼ਾ ਵਗੈਰਾ ਕਬਾਬ ਮਿਲ ਰਿਹਾ ਸੀ ਉੱਥੇ। ਇਹ ਦੇਖੋ ਜੀ ਉੱਪਰ ਬਣਿਆ ਹੋਇਆ। ਅਸੀਂ ਰਾਤੀ ਇੱਥੇ ਰੁਕੇ ਹੋਏ ਸੀ ਉੱਪਰ, ਇਹਦੇ ਤੁਹਾਨੂੰ ਦਿਖਾਉਣਾ ਮੈਂ ਉੱਚੋ ਦੀ ਕਿੱਦਾਂ ਦਾ ਸੀਗਾ। ਬਹੁਤ ਡਰ ਲੱਗ ਰਿਹਾ ਪੌੜੀਆਂ ਚੜ੍ਹਨ ਤੋਂ। ਇੱਦਾਂ ਇੱਥੋਂ ਘੁੰਮ ਕੇ ਉੱਪਰ ਜਾਣਾ ਪੈਂਦਾ। ਇਹ ਦੇਖੋ ਜੀ ਦਰਖਤ ਦੇ ਨਾਲ ਬਣਾਇਆ ਹੋਇਆ ਇਹਨਾਂ ਨੇ। ਤਾਂ ਚਲੋ ਉੱਪਰ ਚੱਲਦੇ ਹਾਂ। ਇਹ ਦੇਖੋ ਪੌੜੀਆਂ ਹਿੱਲਦੀਆਂ ਨੇ ਇੱਦਾਂ, ਅਤੇ ਥੋੜ੍ਹਾ ਧਿਆਨ ਨਾਲ ਆਉਣਾ। ਇੰਨੀ ਕੁ ਬਾਰਿਸ਼ ਹੋਈ ਰਾਤੀ, ਇੰਨੀ ਕੁ ਬਾਰਿਸ਼ ਹੋਈ ਕਿ ਅਸੀਂ ਜੁੱਤੇ ਬਾਹਰ ਲਾਏ ਸੀ, ਸਾਰੇ ਜੁੱਤੇ ਵੀ ਸਾਡੇ ਭਿੱਜ ਗਏ ਸੀ, ਅਤੇ ਹਜੇ ਤੱਕ ਦੀ ਬਾਰਿਸ਼ ਹਟੀ ਨਹੀਂ ਹੈਗੀ ਬਿਲਕੁਲ। ਚਲੋ ਚੱਲਦੇ ਹਾਂ ਇੱਕ ਵਾਰੀ ਅੰਦਰ। ਦੇਖੋ ਜੀ ਇੱਕ ਥੱਲੇ ਸੀ ਗੱਦਾ, ਅਤੇ ਦੋ ਬੰਦਿਆਂ ਦਾ ਉੱਪਰ ਸੀਗਾ, ਅਤੇ ਇੱਕ ਗੱਦਾ ਐਕਸਟਰਾ ਵੀ ਲੱਗਾ ਹੋਇਆ ਸੀ ਥੱਲੇ। ਅਤੇ ਦੇਖੋ ਜੀ ਉੱਪਰ ਉਹਦੀ ਵਿਊ ਆ ਰਿਹਾ ਥੱਲੇ। ਇਹਨਾਂ ਨੇ ਐਮਰਜੈਂਸੀ ਟੋਇਲਟ ਵੀ ਬਣਾਈ ਹੋਈ ਅੰਦਰ। ਦੇਖੋ ਜੀ ਬਾਹਰ ਬਿਲਕੁਲ ਜੰਗਲ, ਰਾਤ ਨੂੰ ਬਾਰਿਸ਼ ਪੈ ਰਹੀ ਸੀ ਅਤੇ ਬਾਰਿਸ਼ ਦੀ ਆਵਾਜ਼ ਦੇ ਵਿੱਚ ਬੜਾ ਵਧੀਆ ਲੱਗ ਰਿਹਾ ਸੀ, ਟਿਪ ਟਿਪ। ਹਾਂਜੀ ਇੱਥੇ ਇੱਕ ਛੋਟਾ ਜਿਹਾ ਇਹਨਾਂ ਨੇ ਰੈਸਟੋਰੈਂਟ ਬਣਾਇਆ ਹੋਇਆ, ਅਤੇ ਇਹ ਦੇਖੋ ਆਪਾਂ ਇਹਦੇ ਅੰਦਰ ਚੱਲ ਕੇ ਦੇਖਦੇ ਹਾਂ। ਬੈਠਣ ਨੂੰ ਵੀ ਜਗ੍ਹਾ ਬਣੀ ਹੋਈ ਹੈ ਥੋੜ੍ਹੀ ਇੱਥੇ। ਇਹ ਸਾਡੇ ਲਵਲੀ ਭਾਅ ਜੀ, ਇੱਧਰ ਸਾਡੇ ਵੱਡੇ ਭਾਅ ਜੀ ਗਗਨ ਫਰੋਮ ਪੈਰਿਸ। ਇਹਨਾਂ ਨੇ ਪੂਰੀਆਂ ਤਬਾਹੀਆਂ ਮਚਾਈਆਂ ਨੇ ਅੱਜ ਬਾਰਿਸ਼ 'ਚ, ਅਤੇ ਇੱਧਰ ਦੇਖੋ ਉਹ ਬਾਰਿਸ਼ ਦੀ ਵਜ੍ਹਾ ਨਾਲ ਕੁਛ ਨਹੀਂ ਨਜ਼ਰ ਆ ਰਿਹਾ। ਹਾਂਜੀ ਇੱਥੇ ਆਪਾਂ ਰੁਕੇ ਸੀਗੇ, ਅਤੇ ਇਹ ਹੈਗੇ ਨੇ ਇੱਥੇ ਦੇ ਮਾਲਿਕ ਹੈਗੇ ਨੇ ਕੁੱਕ ਸ਼ੈਫ, ਇਹ ਇੱਥੇ ਦੇ ਸ਼ੈਫ ਹੈਗੇ ਨੇ। ਥੈਂਕ ਯੂ, ਥੈਂਕ ਯੂ। ਇੰਡੀਆ ਐਂਡ ਜਰਮਨੀ। ਆਈ ਐਮ ਇੰਡੀਅਨ ਐਂਡ ਆਈ ਲਿਵ ਇਨ ਜਰਮਨੀ। Berlin. 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 Fantastic, yes. I've been there. Yes. Yes, fantastic, great. Good view. Nice. Yeah. Yes. Thank you. How are you? How are you? White cafe avec lui. Cafe avec lui. What a good thing. Coffee. Coffee.
देखो जी जो बंद ठंड लगती है इंतजाम किया हो वैसे कुछ बंदे कॉफी पी के अपना चला लेंगे काम पर कई नहीं चलता है उन्होंने वास्ते भी इन्होंने पूरा इंतजाम रखे देखो डीजे का प्रोग्राम भी है डीजे का हाँ जी लो जी देखो चेक करो ये जो उपर बनया सपोर्ट नहीं हैगी किसी भी दरख्त की ये सिर्फ उपर रस्सिया नाल बनया हो जिदा उपर तारा ना उस दरख्त को आप बिल्कुल थले इस टाइम देखो ये अंदर सौन जगह बनी हुई दो जने की बिल्कुल थले खाली है एक नवा एक्सपीरियंस जिंदगी बारिश की वजह न थोड़ा जा साडा सिस्टम बिगड़ गया बाकी मज़ा तो थोड़ा आया जरूर तो देख रहे जो पिछे तुसी इतों की पौड़ियाँ चढ़ के उपर जाता रस्ता तो देखते हैं घूम के थोड़ा जा होर भी कि कुछ इतने बनया हुआ और सब तो बेस्ट चीज़ लगी सानू कि एक नवी चीज़ देखने मिली जिंदगी हो सकता तो ये बहुत पसंद आएगी तो जे किसी नूं इहदा कोई एड्रैस वगैरह चाहिए होया जां बुकिंग का तो पुछ सकते हो सानू लिख के तो मैं तुहानूं सेंड कर दाँगा एड्रैस वगैरह तो खास महंगा भी नहीं है ऐसी ये पांच बंदियां वास्ते कोई 75 यूरो का पे किया वास्ते तो बाकी उन्होंने सानू रेस्टोरेंट बनया हुआ सी उत्थे कॉफी फ्री दी सारे बंद हर थां दा मूहरत कर दे देख आहो कित्थे आदा भी मूहरत हो जे कहिंदा अठ कबाण ने इत्थे अठ इदां दे घर ने चार जने वास्ते थल्ले भी बने होए दो इधर हाँ ट्रैवल प्राइवेट ते दो इधर नहीं है छे जने दा अच्छा एक इधर भी जा रहा रास्ता ऊपर नु बेचारा बारिश के देखो सफाई करन दे आई है इत्थे थोड़ा डर लग रहा है क्योंकि लवली भाजी कल दा मुहूर्त करता है एक बारी भाजी हरन ते बाकी सामने पीछे जंगल है काफी और गर्मियों तो बहुत सोहना लगता है हरा भरिया और पानी आ रहा उपरों की थोड़ा थोड़ा सामने देख रहे हो सो जैसे एक छोटा जा ब्रेक लिता रस्ते दे विच एक चर्च दिखाई दे रही थी और इतने असी पढ़िया कि वर्ल्ड वार दे विच जिन्ने भी फौजी इतने शहीद होए सी तां उन्हां दियां इतने कबरां कह लो जिन्हों पंजाबी च मड़ियां कह दें तो बाकी इतने इन्हां दी सारी हिस्टरी लिखी हुई किहड़े फौजी का इत्थे की रोल सी और किहड़े सन दे विच ओह शहीद होए सी काफ़ी इन्होंने साफ सुथरा एरिया बनाया हुआ इस जगह देखो नाम लिखे हुए ने सारे इन्होंने ये हिटलर दे टाइम दी शायद उन्होंने लड़ाई लड़ी जड़ी इत्थे भी लिखे हुए ने जिन्हों फ्रेंच आती हो इंग्लिश आती हो तो पढ़ सकता इत्थों दी बिल्कुल
बस फिर तुसी ना रब दा ना लाओ घट तो घट ट्राई तो आप कर सकते हैं ना। इत्थे एक शहर आएगा मुर्ग, मुर्ग दी लोकेशन ला लो पहले, मुर्ग आ जाओ नहीं बल्कि तो सीधा सीधा ही मैं लाइव लोकेशन भेज दी। एक मिनट जे आप क्रॉस करके ना तो फिर ओके होल्ड रखो। हां होल्ड रखो तुसी, अपन ना मतलब इस पासे रश नहीं है, समझ नहीं आ रही कि उस पासे रश इतना क्यों है, लोग इधरों भी एंट्री मार सकते हैं। ਰਾਤੀ ਲੇਟ ਪਹੁੰਚੇ ਸੀ ਤਾਂ ਕਿਉਂਕਿ ਰਸਤੇ ਵਿੱਚ ਬਹੁਤ ਹੀ ਜ਼ਿਆਦਾ ਟ੍ਰੈਫਿਕ ਸੀ ਔਰ ਰੋਡ ਬਿਲਕੁਲ ਬੰਦ ਹੋਏ ਪਏ ਸੀ ਤਾਂ ਫਿਰ ਅਸੀਂ ਬਹੁਤ ਲੇਟ ਪਹੁੰਚੇ ਔਰ ਫਿਰ ਆ ਕੇ ਸਿੱਧਾ ਖਾ ਪੀ ਕੇ ਰੈਸਟ ਕੀਤੀ ਔਰ ਹੁਣ ਸਵੇਰ ਦਾ ਮਾਹੌਲ ਹੈ ਔਰ ਬਿਲਕੁਲ ਸ਼ਾਂਤੀ ਸਾਰੇ ਪਾਸੇ ਬਿਲਕੁਲ ਸਾਫ਼ ਸੁਥਰਾ। ਲਓ ਜੀ ਹੌਲੀ ਹੌਲੀ ਕਰੀਏ ਪੈਕਿੰਗ ਔਰ ਫਿਰ ਨਿਕਲਦੇ ਹਾਂ ਆਪਣੇ ਅੱਗੇ ਦੇ ਸਫ਼ਰ ਵੱਲ ਨੂੰ। ਗੁੱਡ ਮੋਰਨਿੰਗ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਸੀਂ ਹਾਂ ਇਸ ਟਾਈਮ ਸਵਿਜ਼ਰਲੈਂਡ ਦੇ ਸ਼ਹਿਰ ਆਰਾਓ ਦੇ ਵਿੱਚ। ਅਸੀਂ ਇੱਥੇ ਰਾਤੀ ਸਟੇਅ ਕੀਤਾ ਸੀ ਇਸ ਹੋਟਲ ਦੇ ਵਿੱਚ ਜੋ ਪਿੱਛੇ ਤੁਸੀਂ ਦੇਖ ਰਹੇ ਹੋ, ਅਤੇ ਅਸੀਂ ਅੱਗੇ ਹੁਣ ਨਿਕਲ ਲੱਗੇ ਹਾਂ ਸਵਿਜ਼ਰਲੈਂਡ ਦੇ ਸ਼ਹਿਰ ਜ਼ਿਊਰਿਕ ਨੂੰ। ਜ਼ਿਊਰਿਕ ਤੋਂ ਅੱਗੇ ਅਸੀਂ ਇੱਕ ਲਿਸ਼ਟਨਸਟਾਈਨ ਨੂੰ ਅੱਜ ਥੋੜ੍ਹਾ ਜਿਹਾ ਐਕਸਪਲੋਰ ਕਰਨਾ ਅਤੇ ਤੁਹਾਨੂੰ ਦਿਖਾਵਾਂਗੇ ਅੱਜ ਜਿੰਨਾ ਕੁ ਐਕਸਪਲੋਰ ਹੋ ਸਕਿਆ। ਚਲੋ ਜੀ ਇੱਕ ਵਾਰੀ ਟੂਰ ਹੋ ਜਾਏ ਉੱਪਰ ਰੂਮ ਦਾ ਜੋ ਅਸੀਂ ਰਾਤੀ ਬੁੱਕ ਕੀਤਾ ਸੀ ਇੱਥੇ। ਤਾਂ ਕਾਫੀ ਖੁੱਲ੍ਹਾ ਫਲੈਟ ਸੀਗਾ, ਬਿਲਕੁਲ ਸਾਹਮਣੇ ਲਿਵਿੰਗ ਰੂਮ ਹੈ ਔਰ ਇੱਧਰਲੇ ਪਾਸੇ ਕਿਚਨ, ਬਾਹਰ ਬਿਲਕੁਲ ਸੋਹਣਾ ਵਿਊ ਦਿਖਾਈ ਦੇ ਰਿਹਾ। ਤਾਂ ਦੋ ਬੈੱਡਰੂਮ ਨੇ ਇੱਥੇ ਔਰ ਵੱਡੇ ਬਾਥਰੂਮ ਨੇ, ਇਹ ਤੁਸੀਂ ਦੇਖ ਰਹੇ ਹੋ ਸਾਹਮਣੇ। ਕਾਫੀ ਵਧੀਆ ਵਾਸ਼ਰੂਮ ਬਣੇ ਨੇ ਔਰ ਇਹ ਸਾਹਮਣੇ ਦੋ ਬੈੱਡ ਥੱਲੇ ਲੱਗੇ ਨੇ। ਹਾਂਜੀ ਅਸੀਂ ਰੁਕੇ ਹਾਂ ਇੱਥੇ ਟੈਸਲਾ ਦੀ ਸੁਪਰ ਚਾਰਜਰ 'ਤੇ, ਗੱਡੀ ਨੂੰ ਚਾਰਜ ਕਰਕੇ ਫਿਰ ਅੱਗੇ ਨੂੰ ਨਿਕਲਦੇ ਹਾਂ। ਇਸ ਟਾਈਮ ਅਸੀਂ ਹੈਗੇ ਹਾਂ ਜ਼ਿਊਰਿਕ ਸਿਟੀ ਦੇ ਵਿੱਚ। ਇੱਥੇ ਬਣਿਆ ਹੋਇਆ ਮਰਸੀਡੀਜ਼ ਵਾਲਿਆਂ ਦਾ ਸਮਾਰਟ ਅਤੇ ਹੋਰ ਵੀ ਕਾਫੀ ਸ਼ੋਰੂਮ ਬਣੇ ਨੇ ਇੱਥੇ, ਸ਼ੋਪਿੰਗ ਸੈਂਟਰ ਨਾਲ ਹੀ ਪੈਟਰੋਲ ਪੰਪ।
लो जी ये घंटे की आवाज तो दिल वाले दुल्हनिया के सुनी सी शाहरुख खान को मिले ही ना वह गां के गल के बनया है। यह देखो जरा थोड़ी जी फीलिंग लवो जी। आप पहुँच चुके हैं इस टाइम स्विट्जरलैंड के लिश्टनस्टाइन जी कंट्री है वह इतों की बिल्कुल नज़दीक है। तो साडा प्लैन यही सी कि थोड़ा जा निकल के तो अभी लिश्टनस्टाइन भी देखांगे। गां भी सानू देख के म्यूजिक तो परेशान हो रही है, देख हैरान है। ऐसी इस टाइम एक सिटी हैगी जिहदा नाम सेंटिस और एक काफ़ी ऊंचाई ते है तो काफ़ी ठंड है, इत्थे धुंद पई है, बारिश हो रही है हल्की हल्की, धुंद नहीं कह सकते मतलब कि ये बदल थले आए हुए ने, काफ़ी पहाड़ों के उपर बदल आए हुए ने, इदा लग रहा है जिदा धुंद है। इतों की एक केबल कार चलती है सामने देख रहे हो जरा, इतों की फिर उपर लैके जाते ने वो वाली पहाड़ी के उत्ते, बिल्कुल इस टाइम नज़र नहीं आ रहा क्योंकि बदल थले आए हुए हैं इस करके बिल्कुल भी नज़र नहीं आ रहा, बाकी बहुत वधिया होएगा शायद उपर। यह आ गई केबल कार जी की आप हमने गल कर रहे सी ते ये उपर जा रही, खाली ही साढ़े कोल पता नहीं उपर कहो जहा मौसम होना, थोड़े बहुत टूरिस्ट आए हुए ने इत्थे विच बैठे हुए ने शायद उपर जा रहे ने, पर ठंड बहुत है। पर इस चीज़ का भी एक अलग मजा जो भी मौका मिले तो इस चीज़ को ट्राई जरूर करे जी, जिदा कि वह उपर बदलों के जाएगा है और उपरों की किदा का व्यू होएगा ये तुसी आप ही सोच सकते इस टाइम कितनी मज़ेदार चीज़ होएगी। हौली हौली ये अखां तो दूर जाती हुई और बदलों के विच एंटर करने लिए आ गई है, थोड़ी देर तक थोड़ी स्लो जा रही है ना ये, हौली हौली हम अपने बदलों के अंदर चली जाएगी। क्या व्यू है, यही एक स्विट्जरलैंड की खासियत है कि इत्थे बहुत ही सोहनिया चीज़ा और टूरिस्ट प्लेस ने घूमने वाले। मैं तो क्या ही बदलों च लुक जाएगी है तो हाथ ठर लग गए हाँ जी, जे जो कार जा रही है उपर जे अभी बदलों में लुक जाएगी पहाड़ हूँ बदलों ने पूरा लुको लिया बिल्कुल है। जी सामने तुसी सिटी देख रहे हो ये लिश्टनस्टाइन है, इतों की थले उतर के लिश्टनस्टाइन शुरू हो जाता है और ये स्विट्जरलैंड और लिश्टनस्टाइन दे विच कोई ज़्यादा फर्क नहीं है, पर बहुत सोहनी देखने वाली चीज़। Thank you.
जी आप इस टाइम एंटर कर चुके हैं लिश्टनस्टाइन दे विच। इतों की आस्ट्रिया का बार्डर भी तकरीबन 2-3 किलोमीटर है और बिल्कुल छोटी जी कंट्री है लिश्टनस्टाइन। एक पासे स्विट्जरलैंड का बॉर्डर लगता है, एक पासे आस्ट्रिया का भी लगता है और कुछ नहीं पता लगता किहड़े टाइम तुसीं किस कंट्री से चले जाते हो। तो जी ऐसी काफ़ी देर तो अपनी टेस्ला का चार्जर लभ रहे हैं, कोशिश कर रहे हैं कि कोई सुपर चार्जर मिल जाए और छेती ही गड्डी चार्ज हो जाए, पर सानू लभ नहीं रहा। कदे उस आस्ट्रिया च शो करी जांदा और कदे स्विट्जरलैंड वाले पासे शो करी जांदा, सानू लग लग और बार बार एंट्रियां मारनियां पै रहियां ने, कदे आस्ट्रिया दे विच, कदे स्विट्जरलैंड च, कदे लिश्टनस्टाइन दे विच। सो देखदे आ किधरे चार्जर लभदा तां इहनूं चार्जिंग करदे आ। ऐसी चार्जर लभदे लभदे अगे लंघे आए थोड़ा जा, तो ये जो सामने देख रहे हो तुसी ये आस्ट्रिया का बॉर्डर शुरू हो जाना इस तो बाद, तो देखते हैं कि पुछते हैं कुछ या नहीं। मैनू लगता नहीं कि साढ़े तो कुछ पुछन। लो जी इन्ना कम है तो आस्ट्रिया का बॉर्डर भी अपना क्रॉस करता। ये हैगी आस्ट्रिया वाली साइड पर इमीग्रेशन बैठे ने, पर पुछता कोई नहीं मेरे ख्याल से, लगता नहीं भी कोई बैठा भी हो। जे अज का व्लॉग चंगा लगे तो लाइक और कमेंट करना ना भुल्यो जे। तो मिलांगे एक नवे व्लॉग दे विच, जो कि असी कल नू स्टुटगार्ट जर्मनी दे विच एक म्यूजियम है मर्सिडीज़ बेंज दे नाम दा, ते उन्हूं एक्सप्लोर करांगे। तो मिलदे हां आपां कल वाले व्लॉग दे विच, मिलदे हां सवेरे, रब राखा जी।